ਜਲਦੀ ਹੀ ਕੈਨੇਡਾ ਵਿੱਚ ਹੋਰ ਕੋਰੋਨਾ ਵਾਇਰਸ ਵੈਕਸੀਨਸ ਆਉਣ ਵਾਲੀਆਂ ਨੇ। ਹੈਲਥ ਕੈਨੇਡਾ ਦੀ ਸਮੀਖਿਆ ਅਧੀਨ ਹੁਣ ਦੋ ਕੰਪਨੀਆਂ ਦੀਆਂ ਖੁਰਾਕਾਂ ਨੇ, ਜਿਸ ਵਿੱਚ ਜੌਨਸਨ ਐਂਡ ਜੌਨਸਨ ਦਾ ਵੀ ਇੱਕ ਵਿਕਲਪ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਇਸ ਸ਼ਾਟ ਨੂੰ ਅਮਰੀਕਾ ਵਿੱਚ ਰਸਮੀ ਮਨਜ਼ੂਰੀ ਦੇ ਦਿੱਤੀ ਗਈ ਹੈ। To me, it is clear that the known benefits vastly outweigh the known risk, and it meets the criteria for emergency use authorization. American Food and Drug Administration ਦੇ ਟੀਕਾ ਸਲਾਹਕਾਰ ਪੈਨਲ ਨੇ ਜੌਨਸਨ ਐਂਡ ਜੌਨਸਨ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਅੱਜ ਮਨਜ਼ੂਰੀ ਦੇ ਦਿੱਤੀ, ਜਿਸ ਨਾਲ ਅਮਰੀਕਾ ਵਿੱਚ ਅਧਿਕਾਰਤ ਤੌਰ ਤੇ ਤੀਜੇ ਟੀਕੇ ਦੀ ਰਸਮੀ ਪ੍ਰਵਾਨਗੀ ਲਈ ਰਾਹ ਪੱਧਰਾ ਹੋ ਗਿਆ। ਇਸ ਹਫ਼ਤੇ ਦੇ ਸ਼ੁਰੂ ਵਿੱਚ FDA ਵਿਗਿਆਨੀਆਂ ਨੇ ਪੁਸ਼ਟੀ ਕੀਤੀ ਸੀ ਕਿ ਜੌਨਸਨ ਐਂਡ ਜੌਨਸਨ ਸ਼ਾਟ ਸੁਰੱਖਿਅਤ ਹੈ ਅਤੇ ਸਮੁੱਚੇ ਤੌਰ 'ਤੇ ਮੱਧਮ ਤੋਂ ਗੰਭੀਰ COVID-19 ਨੂੰ ਰੋਕਣ ਵਿੱਚ ਲਗਭਗ 66% ਅਸਰਦਾਰ ਹੈ ਅਤੇ ਸਭ ਤੋਂ ਗੰਭੀਰ ਇਨਫੈਕਸ਼ਨਸ ਦੇ ਵਿਰੁੱਧ ਲਗਭਗ 85% ਪ੍ਰਭਾਵਸ਼ਾਲੀ ਹੈ। ਕੈਨੇਡਾ ਨੇ 10 ਮਿਲੀਅਨ ਜੌਨਸਨ ਐਂਡ ਜੌਨਸਨ ਡੋਜ਼ਿਸ ਆਰਡਰ ਕੀਤੀਆਂ ਹਨ। ਅਪਰੂਵਲ ਤੋਂ ਬਾਅਦ ਉਹਨਾਂ ਡੋਜ਼ਿਸ ਦੇ ਸਪਟੈਂਬਰ ਵਿੱਚ ਅਖੀਰ ਤੱਕ ਪਹੁੰਚਣ ਦੀ ਉਮੀਦ ਹੈ ਅਤੇ ਬਾਅਦ ਵਿੱਚ 28 ਮਿਲੀਅਨ ਹੋਰ ਮੰਗਵਾਉਣ ਦਾ ਵੀ ਵਿਕਲਪ ਹੈ। With respect to Janssen specifically, that review is progressing very well. We're expecting to get some additional information on manufacturing today. We will not see in the next couple of days an authorization for sure, but again, it can go quite quickly if that information is all in order.